ਉਹ ਜਿੰਦੇ ਮਾਹੀ ਸਾਈਕਲ ਤੇ ਤੁਰਿਆ ਜਾਵੇ ਨਾ ਉਹ ਮੁੜ ਕੇ ਵੇਖ ਨਾ ਹੀਰ ਨੂੰ ਰਾਂਝਾ ਉਹ ਜਿੰਦੇ ਮਾਹੀ ਸਾਈਕਲ ਤੇ ਤੁਰਿਆ ਜਾਵੇ ਨਾ ਉਹ ਮੁੜ ਕੇ ਵੇਖ ਨਾ ਹੀਰ ਨੂੰ ਰਾਂਝਾ ਆਹੀ ਨਵੀਆਂ ਇਹੀ ਕਹਿੰਦਾ ਤੇ ਇੱਥੇ ਰੇਤੇ ਦੇ ਪਾਰਾਂ ਨੂੰ ਸਜਾਣਾ ਸੀ ਹਾਂਜੀ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਜੀ ਵੈਲਕਮ ਜੀ ਆਇਆਂ ਨੂੰ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਅਲੀਜ਼ਾ ਸਹਿਰ ਵਲੌਗਸ ਵਿੱਚ ਉਮੀਦ ਕਰਦੇ ਹਾਂ ਜੀ ਸਭ ਠੀਕ ਠਾਕ ਹੋਵੋਗੇ ਲਾਪਕ ਤੁਹਾਨੂੰ ਸਭ ਨੂੰ ਸਿਹਤ ਤੋਂ ਤੰਦਰੁਸਤੀ ਦਾ ਫਰਮਾਏ ਬਿਮਾਰੀਆਂ ਤੋਂ ਮਹਿਫੂਜ਼ ਰੱਖੇ ਆਮੀ ਸੁਮਾਮੀ ਹਾਂਜੀ ਜੀ ਅੱਜ ਪਿੱਛੇ ਤੁਸੀਂ ਰੇੜਾ ਲੱਗਿਆ ਹੋਇਆ ਦੇਖ ਰਹੇ ਹੋ ਅੱਗੇ ਜੀ ਸਾਈਕਲ ਮੌਜੂਦ ਆ ਹੁਣ ਜਿੱਥੇ ਅਸੀਂ ਆਏ ਹਾਂ ਕੀ ਕਰਨ ਆਏ ਹਾਂ ਆਇਓ ਜੀ ਦੇਖ ਲਈਓ ਹਾਂਜੀ ਜੀ ਹੁਣ ਅਸੀਂ ਸਾਈਕਲ ਨੂੰ ਮੋੜ ਕੇ ਖੜਾ ਕਰ ਲੈਂਦੇ ਹਾਂ ਹਾਏ ਠੰਡੀ ਠੰਡੀ ਤੇ ਹਵਾ ਚੱਲਦੀ ਪਈ ਆ ਬੜਾ ਪਿਆਰਾ ਜਿਹਾ ਇੱਥੇ ਮੌਸਮ ਹੈਗਾ ਹੁਣ ਅੱਗੇ ਜਾਂਦੇ ਹਾਂ ਧੁੱਪ ਉੱਥੇ ਵੀ ਹੈਗੀ ਆ ਆਇਓ ਜੀ ਹਾਂਜੀ ਜੀ ਆ ਦੇਖੋ ਜੀ ਹਾਂਜੀ ਜੀ ਮੈਂ ਦੇਖ ਕੇ ਹੈਰਾਨ ਸੀਗੀ ਕਿ ਪਤਾ ਨਹੀਂ ਕਿਹੜਾ ਮਤਲਬ ਬੀਜ ਲਗਾਇਆ ਹੋਇਆ ਵਾ ਮਤਲਬ ਕੀ ਚੀਜ਼ ਆ ਇਹ ਕਿ ਹੱਥਾਂ ਦੇ ਨਾ ਐਲਰਜੀ ਹੋਣ ਲੱਗ ਪਈ ਫੇਸ 'ਤੇ ਵੀ ਲੱਗਿਆ ਫੇਸ 'ਤੇ ਵੀ ਐਲਰਜੀ ਹੋਣ ਲੱਗ ਪਈ ਇਹ ਜੀ ਹੈਗਾ ਵਾ ਕਮਾਦ ਤਰ੍ਹਾਂ ਦੇ ਹੀ ਹੈਗੇ ਆ ਟਾਂਡੇ ਇਹੀ ਹੈਗੇ ਆ ਇੱਕ ਦਫਾ ਵੱਢਣ ਤੋਂ ਬਾਅਦ ਆ ਦੇਖ ਲਓ ਜੀ ਦੁਬਾਰਾ ਉੱਗਣ ਲੱਗ ਪੈਂਦੇ ਆ ਅਤੇ ਇਹਨੂੰ ਕਮਾਦ ਜਿੱਦਾਂ ਗੰਨੇ ਲਗਾਏ ਦੇ ਹੁੰਦੇ ਨਾ ਪੀਸ ਪੀਸ ਉੱਦਾਂ ਹੀ ਇਹ ਲਗਾਇਆ ਜਾਂਦਾ ਵਾ ਹੈ ਨਾ ਬਾਈ ਹਾਂਜੀ ਇੱਦਾਂ ਹੀ ਲਗਾਇਆ ਜਾਂਦਾ ਇਹਨੂੰ ਹੁਣ ਵੱਢਾਂਗੇ ਲਿਜਾ ਕੇ ਇਹਨੂੰ ਕੁਤਰ ਕੇ ਅਤੇ ਫਿਰ ਚੀਜ਼ ਆਮਲਾ ਨੂੰ ਪਾਵਾਂਗੇ ਇਹਨੂੰ ਨਾ ਵੱਢਣਾ ਵੀ ਓਨਾ ਹੀ ਔਖਾ ਵਾ ਇਹਦੇ ਨਾਲ ਮੇਰੇ ਹਿਸਾਬ ਨਾਲ ਕਿ ਦਾਤੀ ਦੀ ਨਿਸਬਤ ਟੋਕੀ ਨਾਲ ਵੱਢਣਾ ਸਹੀ ਰਹੂਗਾ ਮੈਂ ਬਹਿ ਕੇ ਵੱਢ ਲਾ ਹਾਂਜੀ ਜੀ ਇਹਨੂੰ ਰੇੜੀ 'ਤੇ ਰੱਖਾਂਗੇ ਹੋਰ ਵੱਢ ਲਾਂਗੇ
ਝਾੜੀ ਜਾਂਦੇ ਪਰਲੇ ਨੂੰ ਨਾ ਦਾ ਦੂਸਰੇ।